ਤਾਜ਼ੀ ਦਾਰਾਂ, ਨੇਜ਼ਾ ਬਾਜ਼ਾਂ, ਸਵਾਰਾਂ ਅਤੇ ਸ਼ੌਕੀਨ ਵੀਰਾਂ ਦੇ ਹਰ ਖੁਸ਼ੀ ਗਮੀ ਵਿੱਚ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਨਾਲ ਹੋਈਏ। ਘੋੜਾ ਰੱਖਣ, ਸਾਂਭਣ, ਭਜਾਉਣ ਜਾਂ ਇਸ ਸ਼ੌਕ ਨਾਲ ਜੁੜੇ ਜਿੰਨੇ ਵੀ ਯਾਰ ਸੱਜਣ ਨੇ, ਉਹਨਾਂ ਦੀ ਗੱਲਬਾਤ ਵੀਰਾਂ ਨਾਲ ਸਾਂਝੀ ਕਰਦੇ ਰਹਿੰਦੇ ਹਾਂ। ਵੀਰੋ, ਇਹਨਾਂ ਮੁਕਾਬਲਿਆਂ ਵਿੱਚ ਸਵਾਰਾਂ ਤੋਂ ਇਲਾਵਾ ਮਾਸ਼ਕੀ, ਕਿਲਿਆਂ ਵਾਲੇ ਅਤੇ ਅਨਾਊਂਸਰ ਸਾਰੇ ਰਲ ਮਿਲ ਸਾਡੀ ਤੁਹਾਡੀ ਖੁਸ਼ੀ ਦਾ ਕਾਰਨ ਬਣਦੇ ਨੇ। ਜੂਨ ਦੀ 7 ਤਰੀਕ ਨੂੰ ਇੱਕ ਦਿਲ ਦਹਿਲਾ ਦੇਣ ਵਾਲਾ ਵਾਕਿਆ ਪੇਸ਼ ਆਇਆ ਜਿਹੜਾ ਹਰ ਸ਼ੁਕੀਨ ਨੂੰ ਉਦਾਸ ਕਰ ਗਿਆ। ਸਾਡੇ ਅਨਾਊਂਸਰ ਵੀਰਾਂ ਦਾ ਮਾਣ ਹਾਜੀ ਗੁਲਾਮ ਹੁਸੈਨ ਹੈਦਰੀ ਹੋਰਾਂ ਦੇ ਪੁੱਤਰ ਅਤੇ ਮਾਰੂਫ ਅਨਾਊਂਸਰ ਅਕੀਲ ਹੈਦਰੀ ਇੱਕ ਅਲਮਨਾਕ ਟ੍ਰੈਫਿਕ ਹਾਦਸੇ ਵਿੱਚ ਆਪਣੇ 4 ਹੋਰ ਬੇਲੀਆਂ ਸਮੇਤ ਸਾਨੂੰ ਤੁਹਾਨੂੰ ਛੱਡ ਕੇ ਟੁਰ ਗਏ। ਇਹ ਹਾਦਸਾ ਪਿੰਡੀ ਪਟੀਆਂ ਮੋਟਰਵੇ ਇੰਟਰਚੇਂਜ ਦੇ ਨੇੜੇ ਹੋਇਆ। ਬਲਕਿ ਮੈਂ ਤਾਂ ਇੱਥੋਂ ਤੱਕ ਸੁਣ ਰੱਖਿਆ ਹੈ ਕਿ ਅਗਰ ਕਿਸੇ ਦੀ ਮੌਤ ਦੀ ਖਬਰ ਹੈ ਕਿਸੇ ਤੁਹਾਡੇ ਅਜ਼ੀਜ਼ ਦੀ, ਉਹ ਤੁਸੀਂ ਦੇਣੀ ਹੈ ਅਤੇ ਉਹ ਵੀ ਯਕਦਮ ਨਾ ਦਿਓ। ਕੋਸ਼ਿਸ਼ ਕਰੋ ਇੱਕ ਲਮੇ ਵਾਸਤੇ ਨਾ ਅਕੀਲ ਹੈਦਰ ਦੀ ਫੈਮਲੀ ਦੀ ਜਗ੍ਹਾ 'ਤੇ ਆਪਣੇ ਆਪ ਨੂੰ ਰੱਖ ਕੇ ਸੋਚੋ ਕਿ ਉਹਨਾਂ 'ਤੇ ਕੀ ਗੁਜ਼ਰਦੀ ਹੋ ਸੀ ਜਦੋਂ ਉਹ ਸਾਰਾ ਉਹ ਵਕਤ ਦੁਬਾਰਾ ਵੇਖਦੇ ਹੋ ਸਨ, ਜਦੋਂ ਮਤਲਬ ਚੰਦ ਲਮੇ ਪਹਿਲੇ ਉਹਨਾਂ ਦਾ ਬੱਚਾ, ਉਹਨਾਂ ਦਾ ਭਾਈ ਹੱਸਦਾ ਖੇਡਦਾ ਹੀ ਗੱਲਾਂ ਕਰ ਰਿਹਾ ਸੀ ਆਪਣੇ ਦੋਸਤਾਂ ਦੇ ਨਾਲ, ਔਰ ਥੋੜ੍ਹੀ ਦੇਰ ਬਾਅਦ ਸਾਰਾ ਕੁਝ ਬਦਲ ਗਿਆ। ਲਿਹਾਜ਼ਾ ਮੇਰੀ ਆਪਣੇ ਯੂਟਿਊਬਰ, ਫੇਸਬੁੱਕ, ਸੋਸ਼ਲ ਮੀਡੀਆ 'ਤੇ ਜਿੰਨੇ ਵੀ ਭਾਈ ਨੇ, ਟਿਕਟੋਕ 'ਤੇ ਨੇ, ਉਹਨਾਂ ਅੱਗੇ ਗੁਜ਼ਾਰਿਸ਼ ਹੈ, ਮੈਂ ਬਾਰਹਾ ਇਸ ਚੀਜ਼ ਦਾ ਪ੍ਰਚਾਰ ਕਰਦਾ ਰਿਹਾ ਔਰ ਮੈਂ ਕਰਦਾ ਰਸ ਹਾਂ ਕਿ ਐਸੀ ਅਗਰ ਕੋਈ ਵੀ ਵੀਡੀਓ ਕਿਸੇ ਦੀ ਵੀ ਤੁਹਾਡੇ ਕੋਲ ਆਉਂਦੀ, ਕਿਸੇ ਸਵਾਰ ਦੀ ਕੋਈ ਵੀਡੀਓ ਆਉਂਦੀ ਹੈ, ਕਿਸੇ ਹੋਰ ਕਿਸੇ ਆਪਣੇ ਅਜ਼ੀਜ਼ ਦੀ ਕੋਈ ਐਸੀ ਵੀਡੀਓ ਤੁਹਾਡੇ ਕੋਲ ਆਉਂਦੀ ਹੈ, ਅਤੇ ਖੁਦਾ ਰਾ ਉਹਨੂੰ ਜਿਹੜਾ ਨਾ ਇਸ ਤਰ੍ਹਾਂ ਕਰਕੇ ਵਾਇਰਲ ਕਰਨ ਦੀ, ਚੰਦ ਵਿਊਜ਼, ਚੰਦ ਲਾਈਕਸ ਲੈਣ ਲਈ ਤੁਸੀਂ ਇਹ ਨਾ ਕਰੋ ਕਿ ਉਹਨਾਂ ਦੀ ਫੈਮਲੀ ਲਈ ਤਕਲੀਫ ਦਾ ਬਾਇਸ ਨਾ ਬਣੋ, ਉਹਨਾਂ ਦੇ ਦੋਸਤਾਂ ਲਈ ਤਕਲੀਫ ਦਾ ਬਾਇਸ ਨਾ ਬਣੋ। ਅਤੇ ਮੇਰੇ ਖਿਆਲ 'ਚ ਸਾਰੇ ਦੋਸਤਾਂ ਨੂੰ ਇਸ ਗੱਲ ਦੀ ਸਮਝ ਆਈ ਹੋ ਸੀ ਕਿ ਕਿਤਨੀ ਅਹਿਮ ਗੱਲ ਹੈ, ਕਿਉਂਕਿ ਅੱਗੇ ਵੀ ਇੱਕ ਵਾਕਿਆ ਹੋ ਚੁੱਕਿਆ, ਉਹ ਵੀ ਅਸੀਂ ਬਾਰਹਾ ਗੁਜ਼ਾਰਿਸ਼ ਕਰਦੇ ਰਹੇ ਦੋਸਤਾਂ ਅੱਗੇ, ਉਹਨਾਂ ਦੀ ਫੈਮਲੀ ਵੀ ਈਵਨ ਕਰਦੀ ਰਹੀ ਕਿ ਯਾਰ ਇਹ ਵੀਡੀਓ ਜਿਹੜੀ ਇਹ ਡਿਲੀਟ ਕਰ ਦਿਓ, ਲੇਕਿਨ ਨਹੀਂ ਹੋਈ ਔਰ ਉਹ ਹਜੇ ਤੱਕ ਮੌਜੂਦ ਨੇ ਚੀਜ਼ਾਂ, ਔਰ ਉਤਨੀ ਤਕਲੀਫ ਦਾ ਬਾਇਸ ਬਣ ਰਹੀ ਜਿਤਨੀਆਂ ਕਿ ਅੱਜ ਤੋਂ ਕੁਝ ਸਾਲ ਪਹਿਲੇ ਸਨ। ਬਈ ਸਗੀਰ ਅਬਾਸ ਅੱਜ ਟੁਰਨ ਵਾਲਿਆਂ ਦੇ ਜਨਾਜ਼ੇ ਵਿੱਚ ਸ਼ਰੀਕ ਸਨ, ਜਿਹੜਾ ਫਰੂਕੇ ਸ਼ਹਿਰ ਦੀ ਤਾਰੀਖ ਦਾ ਇੱਕ ਵੱਡਾ ਜਨਾਜ਼ਾ ਸੀ। ਇੱਥੇ ਉਹਨਾਂ ਦੀ ਕੁਝ ਵੀਰਾਂ ਨਾਲ ਗੱਲ ਵੀ ਹੋਈ। ਥੋੜ੍ਹਾ ਇੰਡਸਟਰੀ ਇੱਕ ਜਿਸਮ ਦੀ ਮੰਨਦੇ ਔਰ ਇਸ ਜਿਸਮ ਦੇ ਮੁਖਤਲਿਫ ਜੋਜ਼ ਨੇ, ਜਿਹਦੇ ਵਿੱਚ ਅਨਾਊਂਸਰ, ਜ਼ੀਨ ਸਾਜ਼, ਕਿਲਿਆਂ ਵਾਲਾ, ਮਤਲਬ ਹਰ ਕਿਸਮ ਦਾ ਜਿਹੜਾ ਇਹਦੇ ਨਾਲ ਜੁੜਿਆ ਹੋਇਆ, ਰੋਜ਼ੀ ਰੋਟੀ ਵਪਾਰੀ ਹੈ, ਉਹ ਯਕੀਨਨ ਇੱਕ ਜਿਸਮ ਦੀ ਮਾਨਦ ਹੈ। ਔਰ ਜਿਸਮ ਦੇ ਕਿਸੇ ਹਿੱਸੇ ਨੂੰ ਤਕਲੀਫ ਹੋਵੇ ਤਾਂ ਫਿਰ ਸਾਰੇ ਜਿਸਮ ਨੂੰ ਤਕਲੀਫ ਹੁੰਦੀ ਹੈ, ਅਤੇ ਇਸ ਤਕਲੀਫ ਜਿਹੜੀ ਹੈ ਉਹਨੂੰ ਸਾਂਝਾ ਕਰਨ ਵਾਸਤੇ ਅੱਜ ਅਸੀਂ ਆਏ ਹਾਂ। ਉਸਤਾਦ ਹੈਦਰੀ ਅਨਾਊਂਸਰ ਸਾਹਿਬ ਨੇ, ਉਹਨਾਂ ਦੇ ਬੇਟੇ, ਉਹਨਾਂ ਦਾ ਕੱਲ੍ਹ ਇੰਤਕਾਲ ਹੋ ਗਿਆ ਔਰ ਖਤਰਨਾਕ ਰੋਡ ਐਕਸੀਡੈਂਟ ਦੇ ਨਾਲ, ਅਤੇ ਉਹਨਾਂ ਦੇ ਜਨਾਜ਼ੇ 'ਤੇ ਫਰੂਕੇ ਆਏ ਹਾਂ ਅਤੇ ਕੁਛ ਦੋਸਤ ਨਾਲ ਸਾਡੇ ਨੇ, ਇਹਨਾਂ ਕੋਲ ਤਫਸੀਲ ਲਾਂਗੇ। ਅਸਲਾਮ ਵਾਲੇਕੁਮ ਜੀ, ਜਨਾਬ ਕੀ ਹਾਲ ਹੈ ਜੀ? ਯਕੀਨਨ ਫਰੂਕਾ ਦੀ ਤਾਰੀਖ ਦਾ ਸਭ ਤੋਂ ਵੱਡਾ ਜਨਾਜ਼ਾ ਮੈਂ ਪਿੱਛੇ ਰੋਡ ਦੇ ਉੱਤੇ ਆਉਂਦਾ ਪਿਆ ਜੀ, ਔਰ ਰੋਡ ਬੰਦ ਹੋਇਆ ਜੀ, ਔਰ ਫਰੂਕਾ ਸ਼ਹਿਰ ਗਲਬਨ ਜ਼ਿਆਦਾਤਰ ਬੰਦ ਹੈ। ਅਤੇ ਜਨਾਬ ਥੋੜ੍ਹੇ ਜਿਹੇ ਕੋਈ ਮਰਹੂਮੀਨ ਦੀ ਤਫਸੀਲਾਤ ਦੱਸੋ। ਇੱਕ ਤਾਂ ਹੈਦਰੀ ਸਾਹਿਬ ਦਾ ਬੇਟੇ ਹਨ ਜੀ, ਅੱਛਾ ਜੀ, ਅੱਛਾ ਪੂਰੇ ਸ਼ਹਿਰ ਵਾਸਤੇ ਬੇਲੀਓ, ਜਵਾਨਾਂ ਦੇ ਜਾਣ ਦਾ ਦੁੱਖ ਜਰਨਾ ਬੜਾ ਹੀ ਔਖਾ ਜੇ, ਤੇ ਐਸੇ ਵੀਰ ਜਿਨ੍ਹਾਂ ਦੀ ਆਵਾਜ਼ ਹਰ ਵੇਲੇ ਤੁਹਾਡੇ ਆਲੇ ਦੁਆਲੇ ਹੋਵੇ। ਅਕੀਲ ਹੈਦਰੀ ਜਦੋਂ ਤੱਕ ਨੇਜ਼ਾਬਾਜ਼ੀ ਦੇ ਮੈਦਾਨ ਆਬਾਦ ਰਹਿਣਗੇ, ਸ਼ੌਕ ਰੱਖਣ ਵਾਲੇ ਤੁਹਾਨੂੰ ਭੁੱਲਣਗੇ ਨਹੀਂ।
ਹੋ